ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖਣ ਤੋਂ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਬਾਰੇ ਜਾਣਕਾਰੀ ਮਿਲ ਸਕੇ ਇਹ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਤੀਜੀ ਉਦਾਸੀ ਚੱਲ ਰਹੀ ਹੈ ਜੀ ਦਾ ਪਾਠ 8 ਹੈ ਕੱਲ ਸੀ 9 ਰੀਠਾ ਮੀਠਾ ਕਰਨਾ ਨਾਨਕ ਮੱਤੇ ਤੋਂ ਚੱਲ ਕੇ ਗੁਰੂ ਜੀ ਤੀ ਕੋ ਉੱਤੇ ਜਿੱਥੇ ਰੀਠਿਆਂ ਦਾ ਜੰਗਲ ਸੀ ਇੱਕ ਰੀਠੇ ਦੇ ਬ੍ਰਿਛ ਹੇਠਾਂ ਜਾ ਬਰਾਜੇ ਤਦ ਜੋਗੀਆਂ ਦੀ ਇੱਕ ਜਮਾਤ ਨੇ ਵੀ ਕਪੱਤੀ ਰੰਗ ਵਾਂਗ ਫਿਰ ਮੱਥਾ ਆਣ ਲਾਇਆ ਤੇ ਥੋੜਾ ਚਿਰ ਹੀ ਗਿਆਨ ਹੋਣ ਮਗਰੋਂ ਬਾਬਾ ਜੀ ਦੇ ਇਹੋ ਜਿਹੇ ਸ਼ਬਦ ਸੋ ਜੋਗੀ ਜੋ ਜੁਗਤ ਪਛਾਣੈ ਬਿਨ ਰਸਨਾ ਹਰ ਨਾਮ ਬਖਾਣੈ ਜੁੜਿਆ ਰਹੇ ਗੁਰੂ ਸ਼ਬਦੇ ਮਾਹੇ ਆਤਮ ਮੇ ਪਰਮਾਤਮਯਾ ਹੈ ਸੁਖਮ ਥਲ ਵਿਖੇ ਇਕ ਤਾਰੇ ਦੁਈ ਦਿਲ ਤੋਂ ਸਗਲ ਨਿਵਾਰੇ ਇੱਕ ਸਮੇ ਲਿਵ ਲਾਗੀ ਰਹੇ ਸੋ ਜੋਗੀ ਨਾਨਕ ਸੱਚ ਕਹੇ ਸੁਣ ਕੇ ਬੋਲਣ ਜੋਗੇ ਨਾ ਰਹੇ ਪਰ ਤਦ ਵੀ ਅਜਮਾਉਣ ਵਾਸਤੇ ਜੰਗਲ ਵੇਖ ਕੇ ਆਖਿਆ ਸਾਨੂੰ ਭੁੱਖ ਲੱਗੀ ਐ ਕੁਝ ਖਾਣ ਨੂੰ ਦਿਓ ਤਾਂ ਗੁਰੂ ਜੀ ਦਾ ਬਚਨ ਕੀਤਾ ਸ੍ਰੀ ਸਤਗੁਰ ਨੇ ਬਾਣੀ ਗਾਈ ਪਾਈ ਬਾਲੇ ਨੂੰ ਸਮਝਾਈ ਛੋਟਾ ਆਪਣੇ ਹੱਥ ਦਾ ਦਿਆ ਵੇਖ ਰੀਠੇ ਵੱਲ ਹੁਕਮ ਸੋ ਕੀਆ ਸਿੱਧ ਬੈਠੇ ਇਹ ਭੁੱਖੇ ਤਾੜ ਇਸ ਦੇ ਨਾਲ ਔ ਰੀਠੇ ਝਾੜ ਸੁਣ ਕੇ ਤੁਰਤ ਜਗयो ਤੱਬ ਬਾਲਾ ਝਾੜੇ ਰੀਠੇ ਉਸ ਕੈ ਹੀ ਕਾਲਾ ਖੁਸ਼ੀ ਹੋਏ ਸਿੱਧਾ ਨੇ ਖਾਏ ਬੇਰਾ ਵਾਂਗਰ ਸਬਰ ਦਿਸਾਏ ਰੀਠਾ ਸਿੱਧਾ ਨੂੰ ਸਮਝਾਏ ਕਰ ਸ਼ਰਮਿੰਦੇ ਆਖ ਸੁਣਾਵੇ ਕੋੜਾ ਜ਼ਹਿਰ ਵਾਂਗ ਮੈਂ ਭਾਰਾ ਦਿਸ਼ਟ ਭਰੀ ਸਤ ਕਰੀ ਸਤ ਗੁਰ ਨੇ ਤਾਰਾ ਮਿੱਠਾ ਸ਼ਹਿਤ ਵਾਂਗ ਮੈਂ ਥੀਆ ਅਸਰ ਬਾਣੀ ਨੇ ਐਸਾ ਕੀਆ ਤੁਮ ਹੀ ਕਹਾਵੋ ਸਿੱਧ ਸੂਨਾਥ ਮਾਨਸ ਦੇਹੀ ਆਕੜ ਸਾਥ ਕਈ ਵਾਰ ਗੁਰੂ ਜੀ ਦੇ ਨਾਲ ਕੀਤੇ ਤੁਮਨੇ ਬਚਨ ਬਿਮਾਲ ਪਰ ਤਾਂ ਵੀ ਤੁਮਰਾ ਹੰਕਾਰ ਕਰਦਾ ਦਿਸੇ ਬੜਾ ਖੁਆਰ ਕਿਉਂ ਨਹੀਂ ਹੁੰਦੇ ਰਿੱਦੇ ਤੁਮਾਰੇ ਮਿੱਠੇ ਦਸੋ ਸਭ ਨਿਸਤਾਰੇ ਆਕੜ ਮੰਨ ਦੀ ਕੱਡੋ ਸਾਰੀ ਮਤ ਤੁਹਾਡੀ ਕਿਉਂ ਗਈ ਮਾਰੀ ਹੁਣ ਤਿੱਕਰ ਉਹ ਰੇਠਾਗਾ ਕੇ ਸਾਰੇ ਸਿੱਖਾਂ ਨੂੰ ਸਮਝਾ ਕੇ ਮਿੱਠੇ ਬਣੋ ਬਾਣੇ ਗੁਰਸੰਗ ਤਾਂ ਲਾਵੇ ਗੁਰੂ ਨਾਨਕ ਰੰਗ ਹੁਣ ਤਿੱਕਰ ਉਸ ਬੂਟੇ ਨੂੰ ਰੇਠੇ ਮਿੱਠੇ ਹੀ ਲੱਗਦੇ ਹਨ ਤੇ ਉਹਨਾਂ ਦਾ ਸਵਾਦ ਬਹੁਤ ਦਸੁੱਕੇ ਹੋਏ ਬੇਰਾ ਵੰਗ ਹੁੰਦਾ ਹੈ ਤੇ ਇੱਥੇ ਅੱਜਕੱਲ ਵੱਡਾ ਪਾਰਾ ਗੁਰਦੁਆਰਾ ਹੈ ਜਿਸ ਦੇ ਨਾਲ ਬਹੁਤ ਸਾਰੀ ਪੋ ਜੰਗਲ ਤੇ ਵਗਦੀ ਮਹਾਂਤ ਉਦਾਸੀ ਸੰਤਾ ਦੇ ਕਾਰਜੇ ਵਿੱਚ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ